ਅਪਕਮਿੰਗ ਪੰਜਾਬੀ ਫਿਲਮ ਬੀਬੀ ਰਜਨੀ ਦਾ ਨਵਾਂ ਪੋਸਟਰ ਰਿਲੀਜ਼ ਹੋਇਆ, ਜਿਸ ਦੇ ਵਿੱਚ ਫਿਲਮ ਨਾਲ ਰਿਲੇਟਿਡ ਹੋਰ ਕਿਰਦਾਰਾਂ ਨੂੰ ਰਿਵੀਲ ਕੀਤਾ ਗਿਆ ਕਿ ਫਿਲਮ 'ਚ ਹੋਰ ਕਿਹੜੇ ਕਿਹੜੇ ਕਿਰਦਾਰ ਹੋਣਗੇ। ਕੁਝ ਅਰਸਾ ਪਹਿਲਾਂ ਫਿਲਮ ਦਾ ਟੀਜ਼ਰ ਸਾਹਮਣੇ ਆਇਆ ਸੀ, ਜਿਸ ਦੇ ਵਿੱਚ ਯੋਰਾ ਸਿੰਘ ਦੀ, ਰੂਪੀ ਗਿੱਲ ਦੀ ਤੇ ਕੁਝ ਹੋਰ ਕਿਰਦਾਰਾਂ ਦੀ ਝਲਕ ਸਾਹਮਣੇ ਆਈ ਸੀ, ਪਰ ਫਿਲਮ ਦੀ ਕਾਸਟ ਕਾਫੀ ਲੰਮੀ ਹੈ। ਨਵੇਂ ਪੋਸਟਰ ਦੇ ਵਿੱਚ ਰਿਵੀਲ ਹੋਇਆ ਕਿ ਫਿਲਮ ਦੇ ਵਿੱਚ ਹੋਰ ਕਿਹੜੇ ਕਿਹੜੇ ਕਿਰਦਾਰ ਹੋਣਗੇ। ਯੋਗਰਾਜ ਸਿੰਘ ਤੇ ਰੂਪੀ ਗਿੱਲ ਤੋਂ ਇਲਾਵਾ ਫਿਲਮ ਦੇ ਵਿੱਚ ਗੁਰਪ੍ਰੀਤ ਘੁੱਗੀ, ਬੀਅਨ ਸ਼ਰਮਾ, ਜਸ ਬਾਜਵਾ, ਰਾਣਾ ਜੰਗ ਬਹਾਦੁਰ ਤੇ ਜਰਨੈਲ ਸਿੰਘ ਵੀ ਅਹਿਮ ਰੋਲ ਦੇ ਵਿੱਚ ਹੋਣਗੇ। ਇਹ ਫਿਲਮ 30 ਅਗਸਤ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਕੀਤੀ ਜਾਏਗੀ। ਸਿੱਖ ਇਤਿਹਾਸ ਦਾ ਇੱਕ ਅਹਿਮ ਕਿਰਦਾਰ ਹੈ ਬੀਬੀ ਰਜਨੀ, ਜਿਨ੍ਹਾਂ ਦਾ ਰੱਬ ਉੱਤੇ ਵਿਸ਼ਵਾਸ ਸੀ। ਪੋਸਟਰ ਦੇ ਵਿੱਚ ਇੱਕ ਖਾਸ ਲਾਈਨ ਵੀ ਲਿਖੀ ਗਈ ਹੈ, ਕਾਘੂ ਹੰਸ ਕਰੇ। ਇਸ ਫਿਲਮ ਨੂੰ ਅਮਰ ਹੁੰਦਲ ਵੱਲੋਂ ਡਾਇਰੈਕਟ ਕੀਤਾ ਗਿਆ ਹੈ ਤੇ ਇਸ ਦੇ DOP ਨੇ ਬਲਜੀਤ ਸਿੰਘ ਦਿਓ। 30 ਅਗਸਤ ਨੂੰ ਫਿਲਮ ਦਾ ਇੰਤਜ਼ਾਰ ਖਤਮ ਹੋਏਗਾ। ਅਮਰ ਹੁੰਦਲ ਨੇ ਪਹਿਲੀ ਵਾਰ ਆਪਣੇ ਕਰੀਅਰ ਦੇ ਵਿੱਚ ਕੋਈ ਪੀਰੀਅਡ ਡਰਾਮਾ ਫਿਲਮ ਕੀਤੀ ਹੈ। ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਇਤਿਹਾਸ ਨਾਲ ਰਿਲੇਟਡ ਬਹੁਤ ਘੱਟ ਹੀ ਫਿਲਮਾਂ ਬਣਦੀਆਂ ਨੇ। ਪਿਛਲੇ ਸਾਲ ਮਸਤਾਨੇ ਬਣੀ ਸੀ, ਉਸ ਤੋਂ ਪਹਿਲਾਂ ਮੋੜ ਤੇ ਹੁਣ ਬੀਬੀ ਰਜਨੀ। ਤੇ ਪੰਜਾਬੀ ਸਿਨੇਮਾ ਹੌਲੀ ਹੌਲੀ ਉਹਨਾਂ ਕਨਸੈਪਟ ਵੱਲ ਵੀ ਵੱਧ ਰਿਹਾ ਜੋ ਕਿ ਅੱਜ ਤੱਕ ਫਿਲਮਾਏ ਨਹੀਂ ਗਏ ਨੇ। ਉਹ ਕਹਾਣੀਆਂ ਜੋ ਬਾਲੀਵੁੱਡ ਬਣਾਉਂਦਾ ਸੀ, ਹੁਣ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਵੀ ਇਤਿਹਾਸ ਨਾਲ ਰਿਲੇਟਡ ਯਾਨੀ ਕਿ ਪੀਰੀਅਡ ਡਰਾਮਾ ਫਿਲਮਾਂ ਬਣਨ ਲੱਗ ਪਈਆਂ ਨੇ। ਮੈਡ ਫੋਰ ਫਿਲਮਸ ਤੇ ਔਰੇਂਜ ਸਟੂਡੀਓਜ਼ ਵੱਲੋਂ ਇਸ ਫਿਲਮ ਨੂੰ ਪ੍ਰੈਜ਼ੈਂਟ ਕੀਤਾ ਜਾ ਰਿਹਾ ਤੇ ਇਸ ਦੇ ਪ੍ਰੋਡਿਊਸਰ ਨੇ ਪਿੰਕੀ ਧਾਲੀਵਾਲ ਤੇ ਨਿਤਿਨ ਤਲਵਾਰ। ਫਿਲਮ ਦਾ ਬਜਟ ਵੀ ਕਾਫੀ ਅੱਛਾ ਖਾਸਾ ਹੈ। ਟੀਜ਼ਰ ਦੇ ਵਿੱਚ ਸਾਨੂੰ ਸੈਟਸ ਦੀਆਂ ਝਲਕੀਆਂ ਵੀ ਨਜ਼ਰ ਆਈਆਂ ਸੀ, ਯਾਨੀ ਕਿ ਨਵਾਂ ਸੈੱਟ ਵੀ ਤਿਆਰ ਕੀਤਾ ਗਿਆ ਸੀ। ਖਬਰਾਂ ਮੁਤਾਬਿਕ ਬੀਬੀ ਰਜਨੀ ਦੇ ਕਿਰਦਾਰ ਦੇ ਵਿੱਚ ਪਹਿਲਾਂ ਸੁਨੰਦਾ ਸ਼ਰਮਾ ਨੂੰ ਕਾਸਟ ਕੀਤਾ ਗਿਆ ਸੀ, ਬਾਅਦ 'ਚ ਰੂਪੀ ਗਿੱਲ ਨੇ ਇਸ ਕਿਰਦਾਰ ਲਈ ਸੁਨੰਦਾ ਨੂੰ ਰਿਪਲੇਸ ਕੀਤਾ। ਰੂਪੀ ਗਿੱਲ ਲਈ ਵੀ ਇਹ ਕਿਰਦਾਰ ਕਾਫੀ ਚੈਲੇਂਜਿੰਗ ਹੋਏਗਾ ਕਿਉਂਕਿ ਰੂਪੀ ਦਾ ਜ਼ਿਆਦਾਤਰ ਬਚਪਨ ਕੈਨੇਡਾ ਦੇ ਵਿੱਚ ਬੀਤਿਆ। ਇੱਥੇ ਆ ਕੇ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਇੱਕ ਐਸਾ ਕਿਰਦਾਰ ਜੋ ਕਿ ਪੰਜਾਬ ਦੇ ਇਤਿਹਾਸ ਨਾਲ ਜੁੜਿਆ ਹੋਇਆ, ਰੂਪੀ ਗਿੱਲ ਲਈ ਵੀ ਆਸਾਨ ਨਹੀਂ ਸੀ। ਹੁਣ ਦੇਖਣਾ ਹੋਏਗਾ ਰੂਪੀ ਗਿੱਲ ਨੇ ਇਸ ਫਿਲਮ ਦੇ ਵਿੱਚ ਬੀਬੀ ਰਜਨੀ ਦੇ ਕਿਰਦਾਰ ਦੇ ਨਾਲ ਕਿੰਨਾ ਇਨਸਾਫ ਕੀਤਾ। ਤੇ ਪੰਜਾਬੀ ਸਿਨੇਮਾ ਦੀਆਂ ਹੋਰ ਤਾਜ਼ਾ ਅਪਡੇਟਸ ਦੇ ਲਈ ਜੁੜੇ ਰਹੋ ਸਾਡੀ ਵੈਬਸਾਈਟ www.punjabimania.com ਨਾਲੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਸਬਸਕ੍ਰਾਈਬ ਬਟਨ। ਰੱਬ ਰਾਖਾ।